ਅੱਜਕੱਲ ਪੰਜਾਬੀ 뮤직 ਇੰਡਸਟਰੀ ਵਿੱਚ ਇੱਕ ਰੁਝਾਨ ਜਿਹਾ ਬਣ ਗਿਆ ਹੈ ਕਿ ਹਰੇਕ ਗਾਇਕ ਫਿਲਮਾਂ ਦੇ ਵਿੱਚ ਆ ਰਿਹਾ ਹੈ ਤੇ ਇਸ ਗੱਲ ਦੇ ਵਿੱਚ ਸੂਫੀ ਗਾਇਕ ਸਤਿੰਦਰ ਸਰਤਾਜ ਕਿਵੇਂ ਪਿੱਛੇ ਰਹਿ ਸਕਦਾ ਹੈ। ਜੀ ਹਾਂ, ਹੁਣ ਸਤਿੰਦਰ ਸਰਤਾਜ ਵੀ ਮਹਾਰਾਜਾ ਦਲੀਪ ਸਿੰਘ ਦੀ ਅਸਲ ਜ਼ਿੰਦਗੀ ਤੇ ਆਧਾਰਿਤ ਫਿਲਮ ਦਾ ਬਲੈਕ ਪ੍ਰਿੰਸ ਨਾਲ ਅਭਿਨੇ ਦੀ ਸ਼ੁਰੂਆਤ ਕਰ ਰਿਹਾ ਹੈ। ਸਤਿੰਦਰ ਸਰਤਾਜ ਦਾ ਕਹਿਣਾ ਹੈ ਕਿ ਇਹ ਇੱਕ ਅਣਜਾਣ ਜਿਹੇ ਸੁਪਨੇ ਦੇ ਸੱਚ ਹੋਣ ਦੀ ਤਰ੍ਹਾਂ ਹੈ। ਇਹ ਪਛਾਣ, ਗੌਰਵ ਤੇ ਵਿਰਸੇ ਦਾ ਇੱਕ ਭਾਵਨਾਤਮਕ ਸਫ਼ਰ ਹੈ ਤੇ ਇਸ ਫਿਲਮ ਦੀ ਸ਼ੂਟਿੰਗ ਸਤੰਬਰ ਮਹੀਨੇ ਤੋਂ ਸ਼ੁਰੂ ਹੋ ਜਾਵੇਗੀ। ਬਿਊਰੋ ਰਿਪੋਰਟ, ਹਮਦਰਦ ਨਿਊਜ਼। ਇੱਕ ਦਿਨ ਮੈਨੂੰ ਬੰਦਾ ਮਿਲਿਆ,